ਜਜਵਾਤਾਂ ਦੀ ਗੱਲ ਉਹ ਕਰਦੇ ਨੇ ਜਿਹੜੇ ਜਿਉਂਦੇ ਜੀ ਤਾਂ ਗਾਲਾਂ ਕੱਢਦੇ ਰਹੇ ਹੂੰ ਮਰਨ ਤੋਂ ਬਾਅਦ ਉਸੇ ਦੇ ਥੰਬਨੇਲ ਲਾ ਲਾ ਕੇ ਆਪਣੇ ਵਿਊ ਕਾਊਂਟ ਵਧਾਉਂਦੇ ਰਹੇ ਹੂੰ ਉਹ ਜਜਵਾਤਾਂ ਦੀ ਗੱਲ ਕਰਦੇ ਨੇ ਬੰਦੇ ਹੂੰ ਜਜਵਾਤ ਨਹੀਂ ਭਾਈ ਜੀ ਏਜੰਟ ਜਦੋਂ ਇਹ ਵੀਡੀਓ ਵਗੈਰਾ ਪਾਉਂਦੇ ਨੇ ਨਾ ਕਿਸੇ ਦੀ ਕਿਸੇ ਬੱਚੇ ਦਾ 3-4 ਸਾਲ ਦਾ ਸੰਘਰਸ਼ ਆ ਹੋਇਆ ਨਹੀਂ ਕਿਲਾ ਡੇਢ ਕਿਲਾ ਗਹਿਣੇ ਰੱਖਿਆ ਸਰਕਾਰ ਉਹਦੇ ਜੋਬ ਨਹੀਂ ਮਿਲਦੀ ਇੱਕੇ ਰਾਹ ਹੈ ਬਾਹਰ ਜਾਣਾ ਕਿਤਨਾ ਕਿਤੇ ਥੋੜੇ ਮੇਰੇ ਵਰਗੇ ਨੇ ਕੋਈ ਉਹਨੂੰ ਗਾਈਡੈਂਸ ਦੇਤੀ ਵੀ ਭਾਈ ਤੂੰ ਮਿਹਨਤ ਕਰ ਘਰ ਟੀਚਰ ਨੇ ਮਿਹਨਤ ਕਰਦੀ ਹੂੰ ਕਿਸੇ ਚੰਗੇ ਗੁਰੂ ਨੇ ਹੂੰ ਠੀਕ ਹੈ ਹੂੰ ਤੇ ਜਦੋਂ ਉਹ ਬੱਚਾ ਬੈਂਡ ਸਕੋਰ ਅੱਛਾ ਲੈ ਲੈਂਦਾ ਅੱਛਾ ਵੀਜ਼ਾ ਮਿਲ ਜਾਂਦਾ ਬਾਈ 2 2 2.5 ਸਾਲ ਦੀ ਮਸ਼ਕਤ ਤੋਂ ਬਾਅਦ ਹੂੰ ਤਾਂ ਉਹ ਬਾਈ ਦੀ ਹੰਜੂ ਖੁਸ਼ੀ ਦੇ ਨੇ ਉਹ ਉਹਨਾਂ ਨੂੰ ਪਤਾ ਹੈ ਫਿਰ ਉਹਨਾਂ ਨੂੰ ਕਹਿਣਾ ਵੀ ਇਹ ਜਜ਼ਬਾਤ ਵੇਚਦੇ ਨੇ ਹੂੰ ਉਹ ਬਾਈ ਜਿਨ੍ਹਾਂ ਨੂੰ ਨਾ ਇਹ ਇੱਕ ਤਰਫੀ ਸੋਚ ਹੈ ਜਿਨ੍ਹਾਂ ਨੂੰ ਬਾਈ ਆਦਤ ਹੀ ਚੁਗਲੀ ਦੀ ਪੈ ਜੇ ਉਹਨਾਂ ਤੋਂ ਆਪਾਂ ਹੋਰ ਕੋਈ ਮੈਂ ਸਮਝੇਗਾ ਤੁਸੀਂ ਗੱਲ ਕਿੱਥੇ ਕਹਿ ਰਹੇ ਹੋ ਆਪਾਂ ਹੋਰ ਉਹਨਾਂ ਤੋਂ ਕੋਈ ਉਮੀਦ ਕਰ ਹੀ ਨਹੀਂ ਸਕਦੇ ਹੈਗੇ ਹੂੰ ਅੱਛਾ ਇੱਕ ਚੀਜ਼ ਹੋਰ ਮੈਨੂੰ ਹੋਰ ਦੱਸਿਓ ਜਿਵੇਂ ਤੁਸੀਂ ਗਲ ਪੀਆਰ ਦੀ ਗੱਲ ਕਰ ਰਹੇ ਸੀ ਜੇ ਸਟੂਡੈਂਟ ਨੇ ਵੀਜ਼ਾ ਲਵਾ ਲਿਆ ਤੁਹਾਡੀ ਜਿਹੜੀ ਹੈਗੀ ਆ ਸਟੂਡੈਂਟ ਦਾ ਹੱਥ ਕਿੱਥੋਂ ਤੱਕ ਫੜਦੇ ਹੋ ਕਿ ਵੀਜ਼ਾ ਲਵਾ ਲਿਆ ਬੰਦਾ ਕੈਨੇਡਾ ਪਹੁੰਚ ਗਿਆ ਗੱਲ ਖਤਮ ਹੈ ਜਹਾਤ ਪੀਆਰ ਤੱਕ ਫੜਦੇ ਹੋ ਪੀਆਰ ਤੋਂ ਬਾਅਦ ਵੀ ਬਾਈ ਜੀ ਜੇ ਬੱਚੇ ਨੇ ਸਾਡੇ ਤੋਂ ਸਰਵਿਸਿਜ਼ ਲੈਣੀ ਆ ਆਪਾਂ ਬੈਠੇ ਆ ਪੀਆਰ ਤੋਂ ਬਾਅਦ ਬਹੁਤ ਬੱਚੇ ਜਿਹੜੇ ਆਉਂਦੇ ਨੇ ਉਰੇ ਮਿਲ ਕੇ ਜਾਂਦੇ ਨੇ ਕਈ ਵਾਰ ਫੋਨ ਵਗੈਰਾ ਤੇ ਗੱਲਬਾਤ ਕਰ ਲੈਂਦੇ ਨੇ ਕਈ ਵਾਰ ਸਾਨੂੰ ਲੱਗਦਾ ਕਿਤੇ ਕਿਉਂਕਿ ਕਈ ਵਾਰੀ ਕੋਈ ਬੱਚਾ ਕੰਮ ਨੂੰ ਫੋਨ ਕਰਦਾ ਪਰ ਬੱਚੇ ਫੋਨ ਜਾਂ ਮੈਸੇਜ ਕਰਨ ਦਾ ਕਾਰਨ ਨਹੀਂ ਹੁੰਦਾ ਵੀ ਸਰ ਵੀ ਵੈਸੇ ਚਲੋ ਤੁਹਾਡਾ ਨਾਲ ਗੱਲ ਕਰ ਲਈਏ ਵੀ ਸਰ ਥੈਂਕ ਯੂ ਵੀ ਸਭ ਕੁਝ ਠੀਕ ਹੈ ਓਕੇ ਹੈ ਕਿਉਂਕਿ ਬੱਚੇ ਨੂੰ ਉੱਥੇ ਜਾ ਕੇ ਕਲੀਅਰ ਹੁੰਦਾ ਬਾਈ ਜੀ ਵੀ ਸਾਡੀ ਫੀਸ ਸਹੀ ਭੇਜੀ ਹੈ ਹੂੰ ਸਾਡੀ ਫੀਸ 'ਚ ਕੋਈ ਗੜਬੜਤਾ ਨਹੀਂ ਕਾਲਜ 'ਚ ਕੋਈ ਗੜਬੜਤਾ ਨਹੀਂ ਬਹੁਤ ਮਾਰਜਿਨ ਰੱਖ ਲੈਂਦੇ ਨੇ ਫੇਰ ਵੀ ਪਬਲਿਕ ਕਾਲਜਿਸ ਦੇ ਵਿੱਚ ਉਹ ਵੀ ਹੂੰ ਅਸਲੀ ਕੰਮ ਵੀਜ਼ਾ ਲਵਾਉਣਾ ਨਹੀਂ ਵੀਜ਼ਾ ਲਵਾ ਕੇ ਜਦੋਂ ਬੱਚਾ ਬਾਹਰ ਪਹੁੰਚ ਜਾਂਦਾ ਨਾ ਹੂੰ ਜਦੋਂ ਬੱਚੇ ਨੂੰ ਬਾਹਰ ਪਤਾ ਲੱਗ ਜਾਂਦਾ ਵੀ ਮੇਰੀ ਕੱਲੀ ਕੱਲੀ ਫੀਸ ਠੀਕ ਹੈ ਐਡਮਿਨ ਬਲੌਕ ਤੇ ਮੇਰੀ ਕੋਈ ਫੀਸ ਪੈਂਡਿੰਗ ਨਹੀਂ ਹੈਗੀ ਵੀ ਮੇਰਾ ਏਜੰਟ ਨੇ ਯਾਰ ਬਿਲਕੁਲ ਸਹੀ ਕੰਮ ਕਰਿਆ ਤੇ ਏਜੰਟਾਂ ਦੀ ਉਥੋਂ ਵਾਹ ਵਾਹ ਵੀ ਜਦੋਂ ਬੱਚਾ ਸੁਣਦਾ ਦੇਖਦਾ YouTube ਤੇ Insta ਤੇ ਦੋ ਚਾਰ ਭੈਣ ਭਰਾਵਾਂ ਤੋਂ ਹੋਰ ਫਿਰ ਉਹਦਾ ٹرسٹ ਬਣ ਜਾਂਦਾ ਫਿਰ ਬੱਚੇ ਨੂੰ ਇਹ ਹੁੰਦਾ ਯਾਰ ਪ੍ਰਾਊਡ ਫੀਲ ਹੁੰਦਾ ਵੀ ਹਾਂ ਯਾਰ ਵੀ ਮੈਂ ਪੰਜਾਬ ਦੇ ਇਸ ਏਜੰਟ ਦੇ ਥਰੂ ਆਇਆ ਹਾਂ ਵੀ ਸਾਰੇ ਕਿਤੇ ਸਾਰੇ ਗਲਤ ਵੀ ਨਹੀਂ ਬੈਠੇ ਮੈਂ ਅਪਦੀਤ ਗੱਲ ਨਹੀਂ ਕਰਦਾ ਬਹੁਤ ਏਜੰਟ ਨੇ ਜਿਹੜੇ ਬਈ ਸਹੀ ਕੰਮ ਕਰਦੇ ਨੇ ਸ਼ਾਇਦ ਮੈਥੋਂ ਵੀ ਹੋਰ ਕਮਤਲਬ ਸਹੀ ਪੜ ਲਿਆਉਂਦੇ ਹੁਣ ਬਟ ਮੈਂ ਕੋਸ਼ਿਸ਼ ਕਰ ਰਿਹਾ ਜਿੰਨਾ ਜ਼ਿਆਦਾ ਮੈਂ ਸਾਫ ਸੁਥਰਾ ਜਿੰਨਾ ਜ਼ਿਆਦਾ ਮੈਂ ਹੋਰ ਸਹੀ ਕੰਮ ਕਰ ਸਕਾਂ ਬੱਚਿਆਂ ਲਈ ਕੋਸ਼ਿਸ਼ ਕਰ ਰਿਹਾ ਤੇ ਉਹ ਬੱਚੇ ਬਾਈ ਹੋਰ ਆਪਣੇ ਕਲਾਇੰਟ ਦੇ ਦਿੰਦੇ ਨੇ ਜਿਵੇਂ ਜਿਸ ਬੱਚੇ ਨੇ ਪਲੱਸ 2 ਚ ਹੋਣ ਗਿਆ ਬੱਚਾ ਉਹ ਬਾਅਦ ਚੋ 8th ਜਾਂ 9th ਚ ਜਦੋਂ ਜਿਹੜਾ ਉਹਦਾ ਬੱਚਾ ਪੜ ਰਿਹਾ ਭੈਣ ਭਰਾ ਪੜ ਰਿਹਾ ਤਾਂ ਉਹਨਾਂ ਦੇ ਵੀ ਪ੍ਰੋਸੈਸਿੰਗ ਆਪਣੇ ਤੋਂ ਕਰਾਉਂਦੇ ਨੇ ਕੈਨੇਡਾ ਤੁਸੀਂ ਗੱਲ ਕਰੀਆ ਠੀਕ ਹੈ ਵੀਜ਼ਾ ਲੱਗ ਗਿਆ ਬੱਚਾ ਬਾਹਰ ਜਿਹੜਾ ਹੈਗਾ ਉਹ ਪਹੁੰਚੇ ਇੱਕ ਵਾਰੀ ਸਹੀ ਤਰੀਕੇ ਨਾਲ ਢੰਗ ਤਰੀਕਾ ਨਾਲ ਸਿਪੰਚਾਤਾ ਪਰ ਬਹੁਤੇ ਸਟੂਡੈਂਟ ਜਿਹੜੇ ਨੇ ਉਹ ਕਹਿੰਦੇ ਨੇ ਕਿ ਵਿਦੇਸ਼ ਦੇ ਵਿੱਚ ਆ ਕੇ ਯਾਰ ਕੰਮ ਨਹੀਂ ਹੈਗਾ ਸਾਨੂੰ ਸਾਡੇ ਏਜੰਟ ਕੰਮ ਨਹੀਂ ਦਿਵਾਉਂਦੇ ਜਾਂ ਕੰਮ ਸਾਨੂੰ ਮਿਲਿਆ ਨਹੀਂ ਫਿਰ ਉਹ ਉਹਨਾਂ ਦੇ ਲਈ ਕਿਸ ਤਰ੍ਹਾਂ ਦੀ ਹਮਾਇਤ ਤੁਹਾਡੀ ਰਹਿੰਦੀ ਆ ਕਿਸ ਤਰ੍ਹਾਂ ਦੀ ਹੈਲਪ ਤੁਹਾਡੀ ਰਹਿੰਦੀ ਆ ਬਾਈ ਜੀ ਪਹਿਲਾਂ ਤਾਂ ਆਪਾਂ ਇਹ ਕਾਰਨ ਸਮਝੀਏ ਵੀ ਕੰਮ ਕਿਉਂ ਨਹੀਂ ਹੈਗਾ ਹਮ ਹੁਣ ਇਸ ਕਮਰੇ ਜਿਵੇਂ 5 6 ਜਣੇ ਬਹਿ ਜਾਣਗੇ ਹਮ ਪੰਜਾਬ ਤੋਂ ਕਿੰਨੇ ਔਖੇ ਹਸਾਂਣਗੇ ਹਮ 100 ਪਲੱਸ ਬਹਿ ਜਾਊਗਾ 100 200 ਬਾਹਰ ਨੇ ਹਮ ਤਾਂ ਆਪਾਂ ਕੀ ਕਵਾਂਗੇ ਵੀ ਭਾਈ ਕਮਰੇ ਹੋਰ ਵੀ ਨਹੀਂ ਪਰ ਉਹ ਕਹਿਣਗੇ ਨਾ ਇਸ ਤਾਂ ਇੱਥੇ ਮਰਨਾ ਹੈ ਹਮ ਤਾ ਜਗਾ ਉਤੇ ਹੋਰ ਵੀ ਨੇ ਜਿੱਥੇ ਬੱਚਾ ਕੰਮ ਕਰ ਸਕਦਾ ਹੈ ਬੈਂਕੋਵਰ ਸਾਈਡ ਹੈ ਅਲਬਰਟਾ ਸਾਈਡ ਹੈ ਮੈਨੀਟੋਬਾ ਸਾਈਡ ਹੈ ਬੱਚਾ ਉਧਰ ਜਾ ਸਕਦਾ ਬ੍ਰਾਂਜ਼ਵਿਕ ਸਾਈਡ ਜਾ ਸਕਦਾ ਹੈ ਠੀਕ ਹੈ ਕੱਲਾ ਬ੍ਰੈਮਟਨ ਹੀ ਕੱਲੀ ਜਗਾ ਨਹੀਂ ਹੈਗੀ ਬ੍ਰੈਮਟਨ ਅਗਲਾ ਤਾਂ ਆ ਜਾਂਦਾ ਵੀ ਚਲੋ ਮੇਰਾ ਮਿੱਤਰ ਪਿਆਰੇਗਾ ਕੰਮਕਾਰ ਬਾਈ ਜੀ ਸਾਰੇ ਕਿਤੇ ਨੇ ਪਹਿਲਾਂ ਤਾਂ ਜਦੋਂ ਇੱਥੇ ਫਾਈਲ ਅਪਲਾਈ ਕਰਦੇ ਨੇ ਬੱਚਾ ਦੇਖੇ ਤਰਹਿੰਦਾ ਕਦੋਂ ਵੀਜ਼ਾ ਆਊਗਾ ਇਹ ਟਾਈਮ ਪਿਆਸ ਨਾ ਕਰੋ ਕੋਈ ਸਕਿੱਲ ਡਿਵੈਲਪ ਕਰੋ ਕੰਪਿਊਟਰ ਦੀ ਨੌਲੇਜ ਰੱਖੋ ਹੀ ਰੱਖੋ ਇਹਦਾ ਮਜਬੂਰੀ ਹੈ ਕੰਪਿਊਟਰ ਜਿੰਨਾ ਤੁਹਾਡੇ ਲਈ ਮਜਬੂਰੀ ਤੁਹਾਡਾ ਫੋਨ ਬਣ ਗਿਆ ਨਾ ਫੋਨ ਤੇ ਇੰਸਟਾਗ੍ਰam ਦੇ ਸ਼ਾਰਟਸ ਰੀਲਸ ਦੇਖਣਾ ਉਸ ਤੋਂ ਜ਼ਿਆਦਾ ਮਜਬੂਰੀ ਤੁਸੀਂ ਰੱਖੋ ਆਪਣੀ ਕੰਪਿਊਟਰ ਸਿੱਖਣਾ ਮੇਰੇ ਬਾਈ 3 ਟੂ 1 ਦਾ ਫਾਰਮੂਲਾ ਹੈ ਕੁਝ ਨਹੀਂ ਆਊਗਾ ਸਿਕਿਉਰਿਟੀ ਗਾਰਡ ਲੱਗ ਜਾਓਗੇ ਥੋੜਾ ਬਤਾ ਹੁੰਦਾ ਚੱਕਰ ਕਰ ਲਓਗੇ ਜੇ ਉਰੇ ਸਕਿੱਲ ਸਿੱਖਿਆ ਟਾਈਮ ਵੇਸ ਨਾ ਕਰਿਆ ਹਾਈ ਹੋ ਨਾ ਕਰਿਆ ਕੋਈ ਸੀਰੀਜ਼ ਨਾ ਦੇਖੀ ਵੈਬ ਸੀਰੀਜ਼ ਨਾ ਦੇਖੀ ਘੁੰਮਣ ਫਿਰ ਨਹੀਂ ਗਏ ਤਾਂ ਫਿਰ ਕੰਪਿਊਟਰ ਦੀ ਜੌਬ ਮਿਲੂਗੀ ਮੈਨੇਜਰ ਦੀ ਜਿੱਥੇ ਤੁਹਾਡੀ ਗ੍ਰੋਥ ਬਹੁਤ ਉੱਚੀ ਤੱਕ ਹੈ ਬ ਤੁਸੀਂ ਮੈਨੇਜਮੈਂਟ ਲੈਵਲ ਸਿੱਖ ਸਕਦੇ ਹੋ ਐਚ ਆਰ ਪਾਰਟ ਸਿੱਖ ਸਕਦੇ ਹੋ ਸਪਲਾਈ ਚੇਨ ਮੈਨੇਜਮੈਂਟ ਦੇ ਜਿਹੜੇ ਕੋਰਸ ਸੀ ਜਾਂਦੇ ਆ ਪ੍ਰੋਜੈਕਟ ਮੈਨੇਜਮੈਂਟ ਸਿੱਖ ਸਕਦੇ ਆ ਬਿਜ਼ਨਸਮੈਨ ਬਣ ਸਕਦੇ ਆ ਬਈ ਕੱਲ ਨੂੰ ਜਦੋਂ ਆਪਾਂ ਅੱਜ ਕੰਪਨੀ ਨੂੰ ਹੈਂਡਲ ਕਰ ਰਹੇ ਆ ਤਾਂ ਆਪਾਂ ਕੱਲ ਨੂੰ ਕੰਪਨੀ ਖੋਲ ਵੀ ਸਕਦੇ ਆ